शीत लहते रखे ब्योहार शीतलते रखा
जीवाली
ਸਲੋਕਾਂ ਦੇ ਸਬਜੈਕਟ ਨੂੰ ਤੇ ਸਾਡੇ ਨਾਲ ਹੋਈ ਵਧੀਕੀ ਨੂੰ ਗੁਰਮੁਖ ਦੀ ਰੋਸ਼ਨੀ ਵਿੱਚ ਗੁਰਬਾਣੀ ਦੀ ਰੋਸ਼ਨੀ ਵਿੱਚ ਸਮਝਣਾ ਰੋਗ ਕੋਈ ਅੱਜ ਦੀ ਪੈਦਾ ਹੋਈ ਚੀਜ਼ ਨਹੀਂ ਜਦੋਂ ਤੋਂ ਸ੍ਰਿਸ਼ਟੀ ਬਣੀ ਉਹ ਸ੍ਰਿਸ਼ਟੀ ਦੀ ਪ੍ਰਵਿਰਤੀ ਮਾਰਗ ਅੰਦਰ ਹਰਖਨ ਤਸੋਗਨ ਗੁਰਬਾਣੀ ਦੇ ਬਾਣੀ ਵਿੱਚ ਆਉਂਦੀ ਹੈ ਹਰਖਨ ਤਸੋਗਨ ਹਰਖ ਕਹਿੰਦੇ ਨੇ ਖੁਸ਼ੀ ਨੂੰ ਸੋਗ ਕਹਿੰਦੇ ਨੇ ਗਮੀ ਨੂੰ ਜਦੋਂ ਤੋਂ ਇਸ ਪ੍ਰਵਿਰਤੀ ਮਾਰਗ ਸ੍ਰਿਸ਼ਟੀ ਦੀ ਹੋਂਦ ਪੈਦਾ ਹੋਈ ਹੈ ਉੱਥੇ ਖੁਸ਼ੀ ਦੇ ਨਾਲ ਗਮੀ ਖਲੋਤੀ ਜੀਵਨ ਅੰਦਰ ਖੁਸ਼ੀ ਤੇ ਗਮੀ ਹਰਖ ਤੇ ਸੋਗ ਦੁੱਖ ਤੇ ਸੁੱਖ ਇਹ ਗੁਰਬਾਣੀ ਅਨੁਸਾਰ ਗੁਰੂ ਨੇ ਇਹ ਆਖਿਆ ਕਹਿੰਦੇ ਵੀ ਇਹ ਤਾਂ ਇਉਂ ਹੀ ਨੇ ਜਿਵੇਂ ਮਨੁੱਖ ਰੋਜ ਕੱਪੜੇ ਬਦਲਦਾ ਸੂਟ ਬਦਲਦਾ ਪਹਿਰਾਵਾ ਬਦਲਦਾ ਸਤਿਗੁਰੂ ਕਹਿੰਦੇ ਨੇ ਜੇ ਅਸੀਂ ਰੱਬ ਕੋਲੋਂ ਪ੍ਰਭੂ ਕੋਲੋਂ ਇਸ ਸ੍ਰਿਸ਼ਟੀ ਨੂੰ ਬਣਾਉਣ ਵਾਲੇ ਕੋਲੋਂ ਸੁੱਖ ਮੰਗੀਏ ਕੇਵਲ ਸੁਖੀ ਰਹਾਂ ਮੈਂ ਹਮੇਸ਼ਾ ਖੁਸ਼ ਰਵਾਂ ਤੇ ਕਹਿੰਦੇ ਨੇ ਇਹੋ ਹੀ ਮੰਗ ਹੈ ਜਿਵੇਂ ਜੇ ਮਨੁੱਖ ਚਾਹੇ ਮੈਂ ਹਮੇਸ਼ਾ ਇੱਕੋ ਸੂਟ ਪਾ ਕੇ ਰੱਖਾਂ ਗੁਰੂ ਨੇ ਬਾਣੀ ਵਿੱਚ ਆਖਿਆ ਨਾਨਕ ਬੋਲਣ ਚੱਖਣਾ ਇਹ ਚੱਖ ਮਾਰਨ ਵਾਲੀ ਗੱਲ ਫਜ਼ੂਲ ਦੀ ਗੱਲ ਨੂੰ ਲੋਕ ਕਹਿੰਦੇ ਨੇ ਚੱਖ ਮਾਰਨਾ ਜਿਸ ਗੱਲ ਦਾ ਕੋਈ ਅਰਥ ਨਾ ਨਾਨਕ ਬੋਲਣ ਚੱਖਣਾ ਦੁੱਖ ਛੱਡ ਮੰਗੀਏ ਸੁੱਖ ਦੁੱਖ ਨੂੰ ਇੱਕ ਪਾਸੇ ਰੱਖਦੇ ਹੈ ਮੇਰੇ ਰਾਮ ਸਾਡੇ ਜੋਗਾ ਕੇਵਲ ਸੁੱਖ ਪੈਦਾ ਕਰ ਇਹ ਚੱਖ ਮਾਰਨ ਵਾਲੀ ਫਜ਼ੂਲ ਦੀ ਗੱਲ ਬੇਮਤਲਬ ਦੀ ਗੱਲ ਨਾਨਕ ਬੋਲਣ ਚੱਖਣਾ ਦੁੱਖ ਛੱਡ ਮੰਗੀਏ ਸੁੱਖ ਪਤਾ ਹੋ ਗਏ ਕਿ ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ ਸੁੱਖ ਤੇ ਦੁੱਖ ਇੱਕ ਵੱਖਰੇ ਵੱਖਰੇ ਸੂਟ ਨੇ ਉਹਨਾਂ ਦੇ ਰੰਗ ਵੱਖਰੇ ਨੇ ਉਹਨਾਂ ਦੇ ਡਿਜ਼ਾਈਨ ਵੱਖਰੇ ਨੇ ਪਰ ਫਿਰ ਵੀ ਮਨੁੱਖ ਬਦਲਵਾਂ ਡਿਜ਼ਾਈਨ ਤੇ ਬਦਲਵਾਂ ਰੰਗ ਬਦਲਵਾਂ ਕੱਪੜਾ ਪਹਿਨਣਾ ਚਾਹੁੰਦਾ
ਤੇ ਕਹਿੰਦੇ ਨੇ ਫਿਰ ਸੁੱਖ ਤੋਂ ਬਾਅਦ ਦੁੱਖ, ਦੁੱਖ ਤੋਂ ਬਾਅਦ ਕਦੀ ਸੁੱਖ ਆ ਜਾਏ ਤੇ ਭਲਿਆ। ਇਹ ਸਮਝ ਲੈ ਕੱਪੜੇ ਬਦਲੇ ਨੇ, ਪਹਿਰਾਵਾ ਬਦਲਿਆ, ਇਹ ਤੇ ਆਉਣਾ ਹੀ। ਗੁਰੂ ਨੇ ਆਖਿਆ ਹਰਖਨ ਤਸੋਗਮ, ਜਿੱਥੇ ਖੁਸ਼ੀਆਂ ਨੇ ਉੱਥੇ ਕਦੀ ਗਮੀਆਂ ਵੀ ਆਈਆਂ। ਕੋਈ ਦੁਨੀਆਂ ਦਾ ਮਾਨੂੰ ਐਸਾ ਨਹੀਂ ਜਿਹੜਾ ਆਖੇ ਮੈਂ ਕਦੀ ਖੁਸ਼ੀ ਨਹੀਂ ਵੇਖੀ ਜਾਂ ਮੈਂ ਕਦੀ ਗਮੀ ਨਹੀਂ ਦੇਖੀ। ਬਦਲ ਮੈਂ ਕਹਿਣ ਲੱਗੇ ਹਰਖਨ ਤਸੋਗਨ, ਅਗਲੇ ਪਾਸੇ ਲਫ਼ਜ਼ ਨੇ ਭੋਗਨ ਤਾਂ ਰੋਗਨ, ਜਿੱਥੇ ਦੁਨੀਆਂ ਦੇ ਸੁੱਖ ਭੋਗਦਾ ਹੈ ਜਿਹੜਾ ਮਨੁੱਖ, ਜਿਹੜਾ ਭੋਗੀ ਹੈ ਉਹ ਰੋਗੀ ਵੀ ਹੋਏਗਾ, ਰੋਗੀ ਵੀ ਹੋਏਗਾ। ਉਹਦਾ ਨਤੀਜਾ ਨਿਕਲਿਆ ਕਿ ਪ੍ਰਵਿਰਤੀ ਮਾਰਗ ਅੰਦਰ, ਸੰਸਾਰ ਅੰਦਰ ਇਨਵਾਇਰਮੈਂਟ ਦੇ ਹਿਸਾਬ ਨਾਲ ਜਾਂ ਖੁਰਾਕ ਦੇ ਹਿਸਾਬ ਨਾਲ ਰੋਗ ਹਮੇਸ਼ਾ ਚੜ੍ਹਦੇ ਰਹੇ। ਐਸਾ ਕਦੀ ਸਮਾਂ ਨਹੀਂ ਆਇਆ ਕਿ ਮਨੁੱਖ ਕਦੇ ਰੋਗੀ ਹੋਵੇ ਹੀ ਨਾ, ਸੰਸਾਰ ਅੰਦਰੋਂ ਰੋਗ ਖਤਮ ਹੋ ਜਾਣ, ਰੋਗ ਮਿਟ ਜਾਣ। ਹਾਂ, ਬਦਲਦੇ ਰਹਿੰਦੇ ਨੇ, ਕਈਆਂ ਰੋਗਾਂ ਦੇ ਇਲਾਜ ਮਨੁੱਖ ਕਿਉਂਕਿ ਰੋਗ ਤੋਂ ਬਚਣਾ ਚਾਹੁੰਦਾ, ਕਈਆਂ ਰੋਗਾਂ ਦੇ ਇਲਾਜ ਹੋ ਜਾਂਦੇ ਨੇ ਆਹਿਸਤਾ ਆਹਿਸਤਾ। ਮੈਡੀਕਲ ਸਾਇੰਸ ਵਾਲੇ ਖੋਜ ਕਰਕੇ ਕੋਈ ਨਾ ਕੋਈ ਇਲਾਜ ਦਵਾਈ ਕੱਢ ਲੈਂਦੇ ਨੇ, ਉਸ ਰੋਗ ਨੂੰ ਮਿਟਾ ਦਿੰਦੇ। ਤੁਸੀਂ ਅੱਜ ਵੀ ਦੇਖੋ, ਕਹਾਵਤ ਬਣੀ ਹੋਈ ਵੀ ਚੂਹੇ ਹਨ ਪਲੇਗ ਕੋਈ ਨਹੀਂ, ਮੱਛਰ ਹੈ ਮਲੇਰੀਆ ਕੋਈ ਨਹੀਂ, ਕਈ ਚੀਜ਼ਾਂ ਦਾ ਇਲਾਜ ਨਿਕਲਦਾ ਰਹਿੰਦਾ। ਪਰ ਇੱਕ ਖਿਆਲ ਕਰਿਓ, ਸੰਸਾਰ ਅੰਦਰ ਜਦੋਂ ਇਨਵਾਇਰਮੈਂਟ ਬਦਲਦੀ ਹੈ ਨਾ, ਇੱਥੇ ਵਸਣੇ ਜਦੋਂ ਮਨੁੱਖ ਦੀ ਖੁਰਾਕ ਬਦਲਦੀ ਹੈ ਨਾ, ਉਹਦੇ ਨਾਲ ਕਈ ਪੁਰਾਣੇ ਰੋਗ ਖਤਮ ਹੁੰਦੇ ਰਹਿੰਦੇ ਨੇ, ਕਈ ਨਵੇਂ ਰੋਗ ਪੈਦਾ ਹੁੰਦੇ ਰਹਿੰਦੇ ਨੇ। ਅੱਜ ਵੀ ਕਈ ਰੋਗ ਐਸੇ ਨੇ ਜਿਨ੍ਹਾਂ ਦਾ ਕਦੀ ਪਹਿਲਾਂ ਨਾਮ ਹੀ ਨਹੀਂ ਸੀ ਸੁਣੇ, ਬੜੇ ਖਤਰਨਾਕ ਰੋਗ, ਕਦੀ ਉਹਨਾਂ ਨੂੰ ਕਿਸੇ ਨੇ ਚੇਤਾ ਨਹੀਂ, ਖਿਆਲ ਚੇਤਾ ਹੀ ਨਹੀਂ ਕੀਤਾ ਸੀ ਵੀ ਇਹੋ ਜਿਹੇ ਰੋਗ ਵੀ ਪੈਦਾ ਹੋਣਗੇ। ਪਿਛਲੇ ਰੋਗ ਕਈਆਂ ਦੇ ਇਲਾਜ ਲੱਭ ਗਏ ਨੇ, ਪਰ ਕਈ ਨਵੇਂ ਰੋਗ ਇਜ਼ਾਦ ਹੋ ਗਏ। ਉਹ ਮੇਰਾ ਕਹਿਣ ਦਾ ਮਤਲਬ ਹਮੇਸ਼ਾ ਦੁਨੀਆਂ ਅੰਦਰ ਬਦਲਵੇਂ ਰੂਪ ਵਿੱਚ ਰੋਗ ਰਹਿ ਨੇ, ਕਦੀ ਖਤਮ ਨਹੀਂ ਹੋਏ। ਪੁਰਾਣੇ ਸਮੇਂ ਅੰਦਰ ਇੰਨੇ ਹੋਸਪਿਟਲ, ਇੰਨੇ ਇਲਾਜ ਦੇ ਸਾਧਨ, ਇੰਨੇ ਵੈਦ ਹਕੀਮ ਵੀ ਨਹੀਂ ਸਨ ਹੁੰਦੇ। ਉਹ ਵੀ ਕਿਸੇ ਕਿਸੇ ਪਿੰਡ ਵਿੱਚ ਕੋਈ ਹਕੀਮ ਹੁੰਦਾ ਸੀ, ਬਜ਼ੁਰਗਾਂ ਨੇ ਦੇਖਿਆ ਤੇ ਉਹਨਾਂ ਨੂੰ ਘੋੜੀਆਂ ਤੇ ਜਾ ਕੇ ਲੈ ਕੇ ਆਉਂਦੇ ਸਨ ਜੇ ਕੋਈ ਅਸਾਧ ਰੋਗੀ ਜ਼ਿਆਦਾ ਪਰੇਸ਼ਾਨ ਹੋਵੇ, ਨਹੀਂ ਤੇ ਉਹਨਾਂ ਕੋਲ ਪੈਦਲ ਤੁਰ ਕੇ ਕਈ ਕਈ ਮੀਲ ਸਫ਼ਰ ਕਰਕੇ ਜਾਣਾ ਪੈਂਦਾ ਸੀ, ਭਾਵ ਮੈਡੀਕਲ ਦੇ ਸਾਧਨ ਬਹੁਤ ਥੋੜ੍ਹੇ ਸਨ। ਤੇ ਇਹ ਧਰਮਸ਼ਾਲਾ ਇਹ ਪਿੰਡ ਪਿੰਡ ਬਣ ਗਈਆਂ ਸਨ, ਇਹਨਾਂ ਦੀ ਦੁਕਾਨਦਾਰੀ ਚੱਲ ਪਈ। ਬਹੁਤੇ ਭਰਮ ਵਹਿਮ ਜਿਹਨੂੰ ਅਸੀਂ ਕਰਮ ਕਾਂਡ ਕਹਿੰਦੇ ਹਾਂ ਅੱਜ ਕੱਲ੍ਹ, ਇਹ ਸਾਡੀ ਲੋੜ ਵਿੱਚੋਂ ਪੈਦਾ ਹੋਏ ਨੇ, ਕਿਉਂਕਿ ਰੋਗ ਹਰ ਘਰ ਵਿੱਚ ਸਨ, ਥੋੜ੍ਹੇ ਜਾਂ ਜ਼ਿਆਦਾ, ਭਾਵੇਂ ਗਿਣੇ ਮਿੱਥੇ, ਤੇ ਉਹਨਾਂ ਦੇ ਇਲਾਜ ਦੇ ਸਾਧਨ ਕੋਈ ਨਹੀਂ ਸਨ। ਧਰਮਸ਼ਾਲਾ ਦੀ ਦੁਕਾਨ ਚੱਲ ਪਈ, ਉੱਥੇ ਬੈਠਾ ਹੋਇਆ ਬ੍ਰਾਹਮਣ ਪੁਜਾਰੀ ਜਿਹੜਾ ਉਹਦੀ ਦੁਕਾਨ ਚੱਲ ਪਈ, ਉਹਨੇ ਬਹੁਤ ਸਾਰੇ ਰੋਗਾਂ ਦਾ ਇਲਾਜ ਬੜਾ ਸੁਖੈਨ ਜਿਹਾ ਕਰਕੇ ਆਪਣੇ ਨਾਲ ਜੋੜ ਲਿਆ, ਤਾਂ ਕਿ ਰੋਗੀ ਤਕਲੀਫ ਤਾਂ ਆਉਣੀ ਹੈ, ਉਹ ਰੋਗੀ ਕਿਤੇ ਬਾਹਰ ਨਾ ਜਾਵੇ, ਸਾਡੇ ਕੋਲ ਛੇਤੀ ਪਹੁੰਚ ਸਕਦਾ, ਸਾਡੀ ਦੁਕਾਨ ਚੱਲ ਸਕਦਾ। ਲਓ ਮੈਂ ਇੱਕ ਐਗਜ਼ਾਮਪਲ ਦੇ ਕੇ ਅੱਗੇ ਲੱਗਣਾ ਚਾਹੁੰਦਾ। ਉਹਦਾ ਨਤੀਜਾ ਹੀ ਨਿਕਲਿਆ, ਕੁਝ ਕਥਾ ਕਹਾਣੀਆਂ ਪ੍ਰਚਲਿਤ ਕਰ ਦਿੱਤੀਆਂ ਗਈਆਂ, ਕੁਝ ਰੋਗਾਂ ਦੇ ਨਾਮ ਦੇਵੀ ਦੇਵਤਿਆਂ ਤੇ ਰੱਖ ਲੈ ਗਏ, ਕੁਝ ਰੋਗਾਂ ਦੇ ਨਾਮ ਉਹ ਗੁਰੂ ਘਰ ਨਾਲ ਵੀ ਜੋੜ ਦਿੱਤੀਆਂ ਗਈਆਂ। ਜੋ ਮੈਂ ਰਾਤ ਅਰਜ਼ ਕੀਤੀ ਸੀ ਕਿ ਸਾਡੇ ਨਾਲ ਕੀ ਅਗਿਆ ਹੋਈ, ਕੋਈ ਗੱਲਾਂ ਗੁਰੂ ਘਰ ਨਾਲ ਵੀ ਜੋੜ ਦਿੱਤੀਆਂ ਗਈਆਂ, ਜਿਵੇਂ ਤੇ ਤਾਪ ਦੀ ਕਥਾ ਹੈ, ਬਜ਼ੁਰਗ ਜਾਣਦੇ ਨੇ ਉਸ ਗੁਰੂ ਅਮਰਦਾਸ ਸਾਹਿਬ ਨਾਲ ਜੋੜ ਦਿੱਤੀ ਗਈ ਕਿ ਮਾਤਾ ਜੀ ਦਾ ਪੁੱਤਰ ਬਿਮਾਰ ਸੀ, ਤਾਪ ਚੜਿਆ ਸੀ,
ਮੌਤ ਦੇ ਕੰਢੇ ਵੇਖ ਕੇ ਉਹ ਰੋ ਰਹੀ ਸੀ, ਵਿਲਾਪ ਕਰ ਰਹੀ ਸੀ। ਗੁਰੂ ਸਾਹਿਬ ਨੇ ਬਖਸ਼ਿਸ਼ ਕਰਕੇ ਉਸਨੂੰ ਜ਼ਿੰਦਾ ਕੀਤਾ ਅਤੇ ਉਹ ਤੇਈਏ ਤਾਪ ਨੂੰ, ਉਹਨੂੰ ਤੇਈਆ ਤਾਪ ਕਹਿ ਜਾ, ਤੀਜੇ ਦਿਨ ਚੜ੍ਹਦਾ ਸੀ ਬੁਖਾਰ, ਉਸ ਤਾਪ ਨੂੰ ਇੱਕ ਦੇ ਦਿੱਤਾ, ਦੈਂਤ ਦਾ ਰੂਪ ਦੇ ਦਿੱਤਾ। ਉਹ ਕਹਿੰਦਾ ਹਰ ਚੀਜ਼ ਨੂੰ ਸ਼ਕਲ ਦੇਣੀ, ਇਹ ਬ੍ਰਹਮਣਿਜ਼ਮ ਸੀ। ਇਵੇਂ ਦੇਵੀ ਦੇਵਤਿਆਂ ਦਾ 33 ਕਰੋੜ ਰੂਪ ਬਣਿਆ, ਹਰ ਚੀਜ਼ ਨੂੰ ਕੋਈ ਮਨੁੱਖੀ ਸ਼ਕਲ ਦੇਣੀ। ਉਹਨਾਂ 23 ਤਾਪ ਨੂੰ ਫੜ ਕੇ ਆਪਣੇ ਕੋਲ ਪਿੰਜਰੇ ਵਿੱਚ ਕੈਦ ਕਰ ਲਿਆ। ਚਲੋ ਖੈਰ, ਮੈਂ ਵਿਸਥਾਰ ਵਿੱਚ ਨਾ ਜਾਵਾਂ। ਤੇ ਜਿਸ ਸਿੱਖ ਦੇ ਰਾਹੀਂ ਵਾਅਦਾ ਕਰਕੇ ਉਹ 23 ਤਾਪ ਜਿਹੜਾ ਪਿੰਜਰੇ ਵਿੱਚ ਬੰਦ ਸੀ, ਉਹਨੇ ਛੁਟਕਾਰਾ ਪਾਇਆ। ਉਹਦੇ ਨਾਲ ਵਾਅਦਾ ਕੀਤਾ ਸਿੱਖ ਨਾਲ ਵੀ ਜਿੱਥੇ ਤੇਰੀ ਮੇਰੀ ਇਹ ਕਥਾ ਕਹਾਣੀ ਸੁਣਾ ਦੇਣਗੇ ਨਾ, ਬਸ ਉੱਥੋਂ ਮੈਂ ਛੱਡ ਜਾਇਆ ਕਰਾਂ, ਬਸ ਉਹ ਕਹਾਣੀ ਦਾ ਪੁਜਾਰੀ ਦਾ ਕੰਮ ਚੱਲ ਪਿਆ। ਅਸੀਂ ਆਪ ਦੇਖਦੇ ਰਹੇ ਬਜ਼ੁਰਗ ਮਾਤਾਵਾਂ ਨੇ ਜਿਹਦੇ ਘਰ ਕਿਸੇ ਬੱਚੇ ਨੂੰ 23 ਤਾਪ ਚੜ੍ਹ ਜਾਣਾ, ਉਹਨਾਂ ਕਹਿੰਦਾ ਚਲੋ ਭਾਈ ਸਾਹਿਬ ਕੋਲ ਜਾ ਕੇ 23 ਤਾਪ ਦੀ ਕਥਾ ਸੁਣ ਕੇ ਆਓ। ਭਾਵ ਉਹ 23 ਤਾਪ ਦੀ ਕਥਾ ਸੁਣਨ ਨਾਲ ਤਾਪ ਉੱਤਰ ਜਾਂਦਾ, ਇਲਾਜ ਹੋ ਗਿਆ ਨਾ, ਇਲਾਜ ਹੋ ਗਿਆ। ਤੇ ਬ੍ਰਾਹਮਣ ਨੇ ਵੀ ਇਸੇ ਤਰ੍ਹਾਂ ਬਹੁਤ ਸਾਰੇ ਰੋਗਾਂ ਦਾ ਨਾਂ ਰੱਖ ਲਿਆ ਦੇਵੀ ਦੇਵਤਿਆਂ ਦੇ ਨਾਮ ਤੇ। ਉਹਨਾਂ ਵਿੱਚੋਂ ਹੀ ਇਹ ਨਾਮ ਸੀ ਜਿੰਦਾ ਰਾਤ, ਬਾਬਾ ਕਬੀਰ ਜੀ ਨੇ ਜ਼ਿਕਰ ਕੀਤਾ, ਅਤੇ ਜਿੰਦਾ ਅੱਜ ਮੈਂ ਜ਼ਿਕਰ ਸਾਂਝਾ ਕਰਨਾ ਚਾਹੁੰਦਾ ਬਾਣੀ ਵਿੱਚੋਂ। ਉਹ ਇੱਕ ਤਕਲੀਫ ਹੈ, ਅੱਜ ਦੇ ਮੈਡੀਕਲ ਸਾਇੰਸ ਵਾਲਿਆਂ ਨੇ ਮਹਿਸੂਸ ਕੀਤਾ ਹੈ। ਉਹ ਸਾਰੇ ਜਿਸਮ ਦੇ ਅੰਦਰੋਂ ਕੋਈ ਜਜ਼ਬਾਤ ਪੈਦਾ ਹੁੰਦੇ ਨੇ, ਉਹਦੇ ਨਾਲ ਸਾਰੇ ਜਿਸਮ 'ਤੇ ਛੋਟੇ ਛੋਟੇ ਫਲੂਏ ਪੈਦਾ ਹੋ ਜਾਂਦੇ ਨੇ। ਔਰ ਉਹ ਵਕਤ ਸੀ ਜਦੋਂ ਉਹਦਾ ਕੋਈ ਇਲਾਜ ਛੇਤੀ ਨਾਲ ਨਹੀਂ ਸੀ ਹੁੰਦਾ, ਅਤੇ ਉਹ ਫਲੂਏ 6-7 ਦਿਨ ਬਾਅਦ ਖਤਮ ਹੋ ਜਾਂਦੇ ਸਨ, ਪਰ ਉਹ ਆਪਣਾ ਦਾਗ ਛੱਡ ਜਾਂਦੇ ਸੀ। ਅੱਜ ਵੀ ਕਈ ਥਾਵਾਂ 'ਤੇ ਕਈ ਜ਼ਖਮ ਹੋਣ, ਉਹ ਜ਼ਖਮ ਠੀਕ ਹੋ ਜਾਂਦੇ ਨੇ, ਪਰ ਉਹਦਾ ਦਾਗ ਸਰੀਰ 'ਤੇ ਰਹਿ ਜਾਂਦਾ ਹੈ। ਉਹਨੂੰ ਪੁਰਾਣੇ ਸਮੇਂ ਉਹਦਾ ਨਾਂ ਦੇ ਦਿੱਤਾ ਗਿਆ ਮਾਤਾ। ਅੱਜ ਵੀ ਲੋਕ ਕਹਿੰਦੇ ਨੇ ਫਲਾਣੇ ਦੇ ਮੂੰਹ 'ਤੇ ਮਾਤਾ ਦੇ ਦਾਗ ਨੇ, ਜਿਨ੍ਹਾਂ ਦੇ ਵਕਤ ਸਿਰ ਇਲਾਜ ਸਹੀ ਟਾਈਮ 'ਤੇ ਨਾ ਹੋਣ ਜਾਂ ਸਹੀ ਇਲਾਜ ਨਾ ਹੋ ਸਕੇ, ਉਹ ਦਾਗ ਵੀ ਰਹਿ ਜਾਂਦੇ ਸਨ। ਇਹ ਕੋਈ ਵੱਡੀ ਗੱਲ ਨਹੀਂ, ਇੱਕ ਇਲਾਜ ਹੈ, ਇੱਕ ਰੋਗ ਹੈ। ਉਹਦਾ ਨਾਂ ਮਾਤਾ 'ਤੇ ਰੱਖਿਆ ਅਤੇ ਨਾਤਾ ਵੀ ਨਾ ਰੱਖਿਆ, ਸੀਤਲਾ ਨਾਮ ਉਹਨੂੰ ਦੇ ਦਿੱਤਾ ਗਿਆ, ਜਿਹਦੀ ਗੱਲ ਦੇਵੀ ਦੇਵਤਿਆਂ ਵਿੱਚ ਸ਼ੁਮਾਰ ਕਰਕੇ ਬਾਬਾ ਕਬੀਰ ਜੀ ਨੇ ਰਾਤ ਕੀਤੀ। ਅਤੇ ਸੀਤਲਾ ਇੱਕ ਦੇਵੀ ਬਣਾ ਦਿੱਤੀ ਗਈ, ਅਤੇ ਉਸ ਬਿਮਾਰੀ ਦਾ ਨਾਮ ਸੀਤਲਾ ਦੇ ਦਿੱਤਾ ਗਿਆ। ਕਿਸ ਤਰ੍ਹਾਂ ਦੁਕਾਨਦਾਰੀ ਚਲਾਉਣ ਦਾ, ਅਤੇ ਮੈਂ ਗੁਰਬਾਣੀ ਵਿੱਚੋਂ ਤੁਹਾਡੇ ਨਾਲ ਇੱਕ ਸਾਂਝੀ ਕਿਉਂ ਕਰਨਾ ਚਾਹੁੰਦਾ। ਉਸ ਬਿਮਾਰੀ ਦਾ ਨਾਮ ਮਾਤਾ ਰੱਖਿਆ, ਅਤੇ ਮਾਤਾਵਾਂ ਦੀ ਗਿਣਤੀ ਵਿੱਚ, ਦੇਵੀ ਦੇਵਤਿਆਂ ਦੀ ਗਿਣਤੀ ਵਿੱਚ ਉਹਦਾ ਨਾਂ ਸੀਤਲਾ ਮਾਤਾ ਰੱਖ ਦਿੱਤਾ ਗਿਆ। ਮਾਤਾ ਸੀਤਲਾ ਜਿਹਨੂੰ ਉਹ ਫਲੂਏ ਪੈਦਾ ਹੋ ਜਾਣ, ਇਹ ਆਖੋ ਕਿ ਮਾਤਾ ਸੀਤਲਾ ਨੇ ਇਹਨੂੰ ਆਪਣੀ ਗੋਦੀ ਵਿੱਚ ਲੈ ਲਿਆ। ਹੁਣ ਇਹਦੇ ਕੋਲੋਂ ਛੁਟਕਾਰਾ ਕਿਵੇਂ ਮਿਲੇ? ਜਿੰਨਾ ਚਿਰ ਮਾਤਾ ਨੂੰ ਖੁਸ਼ ਨਹੀਂ ਕਰਦੇ, ਮਾਤਾ ਪ੍ਰਸੰਨ ਨਹੀਂ ਹੁੰਦੀ, ਇਹਦਾ ਛੁਟਕਾਰਾ ਨਹੀਂ ਹੁੰਦਾ। ਉਹ 6-7 ਦਿਨ 8 ਦਿਨ ਲੱਗਦੇ ਸਨ, ਹੌਲੀ ਹੌਲੀ ਫਲੂਏ ਖਤਮ ਹੋ ਜਾਂਦੇ ਸਨ। ਉਹਨੇ ਦਿਨ ਬ੍ਰਾਹਮਣ ਦੇ ਦੁਕਾਨਦਾਰੀ ਚੱਲਦੀ ਹੋਈ ਸੀ, ਕਾਗਜ ਹਵਨ ਹੋਣੇ, ਪੂਜਾ ਹੋਣੀ, ਚੱਲਦਾ ਰਹਿੰਦਾ। ਲੋ ਮੈਂ ਇਹ ਕਿੱਥੇ ਲਿਜਾਣਾ ਚਾਹੁੰਦਾ ਕਿ ਅੱਜ ਸਾਡੇ ਇਤਿਹਾਸ ਵਿੱਚ ਇਹ ਚੀਜ਼ਾਂ ਪਾ ਦਿੱਤੀਆਂ ਗਈਆਂ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਵੀ ਸਰੀਰ ਤੋਂ ਸਰੀਰ ਹੈ, ਰੋਗ ਵੀ ਰੋਗ ਹੈ। ਇਤਿਹਾਸ ਦੇ ਮੁਤਾਬਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਵੀ ਉਹ ਫਲੂਏ ਨਿਕਲੇ, ਤੇ ਉਸ ਭਾਸ਼ਾ ਦੇ ਮੁਤਾਬਕ ਮਾਤਾ ਨਿਕਲੀ, ਮਾਤਾ ਪ੍ਰਗਟ ਹੋਈ। ਪਰ ਇਤਿਹਾਸ ਕਹਿੰਦਾ ਹੈ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਮੁਖੜੇ 'ਤੇ ਵੀ, ਸਰੀਰ 'ਤੇ ਵੀ ਮਾਤਾ ਦੇ ਨਿਸ਼ਾਨ ਸਨ।
ਇੰਨੀ ਜੇ ਵਕਤ ਸਿਰ ਕਈ ਵਾਰੀ ਉਸ ਵਕਤ ਦੇ ਮੁਤਾਬਕ ਸਾਧਨ ਨਹੀਂ ਸਨ, ਇਲਾਜ ਨਾ ਹੋ ਸਕਣ, ਤੇ ਜਿਸਮ ਦੇ ਹਰ ਅੰਗ ਤੇ ਇੰਨੇ ਜ਼ਿਆਦਾ ਫਲੂਏ ਨਿਕਲਦੇ ਸਨ, ਅੱਖਾਂ ਤੇ ਕਈ ਵਾਰ ਫਲੂਏ ਨਿਕਲਣੇ ਤੇ ਅੱਖਾਂ ਨੂੰ ਦੇਖਣਾ ਵੀ ਬੰਦ ਹੋ ਜਾਣਾ, ਇੰਨੇ ਵੱਡੇ ਵੱਡੇ ਹੋ ਜਾਣ। ਮੈਂ ਹੈਰਾਨ ਹੁੰਦਾ ਜਦੋਂ ਹਿਸਤੀ ਲਿਖਣ ਪੜ੍ਹਨ ਛਾਪਣ ਤੇ ਵਿਚਾਰਨ ਵਾਲਿਆਂ ਦੀ ਲਿਸਟ ਮੇਰੇ ਸਾਹਮਣੇ ਆਉਂਦੀ। ਗੁਰਬਿਲਾਸ ਪਾਤਸ਼ਾਹੀ ਛੇਵੀਂ ਮੇਰੇ ਕੋਲ ਹੈ, ਜੇ ਕਿਸੇ ਵੀਰ ਨੇ ਭੈਣ ਨੇ ਪੜ੍ਹਨਾ ਹੋਵੇ ਦੇਖਣਾ ਹੋਵੇ ਮੈਂ ਉਹਨੂੰ ਭੇਜ ਵੀ ਸਕਦੀ ਇੰਟਰਨੈਟ ਤੇ। ਹੁਣ ਗੁਰਬਿਲਾਸ ਪਾਤਸ਼ਾਹੀ ਛੇਵੀਂ ਲਿਖਣ ਵਾਲਾ ਪਿੱਛੋਂ ਗੁਰੂ ਦਸਮ ਪਾਤਸ਼ਾਹ ਜੀ ਨਾਲ ਉਹ ਇਤਿਹਾਸ ਜੋੜਦਾ, ਕਿਉਂਕਿ ਜਿੰਨੇ ਵੀ ਸਾਡੇ ਤੇ ਮੈਂ ਤੁਹਾਡੇ ਨਾਲ ਸਾਂਝੀ ਕੀਤਾ, ਕਿਉਂਕਿ ਮੇਰਾ ਪਰਿਵਾਰ ਹੈ, ਮੇਰਾ ਕੰਮ ਹੈ ਆਪਾਂ ਕੁਝ ਗੱਲਾਂ ਗੁਰਮਤ ਅਨੁਸਾਰ ਖੁਲਾਸਾ ਕਰਕੇ ਸਮਝ ਦੇਵੇ। ਉਹ ਹਰ ਇੱਕ ਉਹ ਲਿਖ ਜਿਹਦੇ ਨਾਲ ਸਾਨੂੰ ਗੁੰਮਰਾਹ ਕੀਤਾ ਜਾ ਸਕੇ ਉਹਨੂੰ ਕਿਸੇ ਨਾ ਕਿਸੇ ਗੁਰੂ ਸਿੱਖ ਦੇ ਨਾਂ ਨਾਲ ਜੋੜਿਆ ਜਾਂਦਾ ਸੀ। ਹੁਣ ਗੁਰਬਿਲਾਸ ਪਾਤਸ਼ਾਹੀ ਛੇਵੀਂ ਲਿਖਣ ਵਾਲਾ ਇਸਨੂੰ ਜੋੜਦਾ ਹੈ ਕਿ ਗੁਰੂ ਦਸਮ ਪਾਤਸ਼ਾਹ ਜੀ ਨੇ ਭਾਈ ਦਇਆ ਸਿੰਘ ਨੂੰ ਛੇਵੀਂ ਪਾਤਸ਼ਾਹੀ ਦੇ ਜੀਵਨ ਗਾਥਾ ਜੀਵਨ ਕਥਾ ਸੁਣਾਈ। ਭਾਈ ਦਇਆ ਸਿੰਘ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਛੇਵੀਂ ਪਾਤਸ਼ਾਹੀ ਦੀ ਜੀਵਨ ਕਥਾ ਸੁਣਾਉਂਦੇ। ਭਾਈ ਮਨੀ ਸਿੰਘ ਦਾ ਭਾਈ ਦਇਆ ਸਿੰਘ ਜੀ ਕੋਲੋਂ ਭਾਈ ਮਨੀ ਸਿੰਘ ਸੁਣਦਾ ਹੈ ਤੇ ਭਾਈ ਮਨੀ ਸਿੰਘ ਗੁਰੂ ਹਰਗੋਬਿੰਦ ਸਾਹਿਬ ਦੇ ਅਸਥਾਨ ਇਤਿਹਾਸਿਕ ਗੁਰਦੁਆਰੇ ਨਾਨਕ ਸਾਹਿਬ ਜਿਸਦਾ ਨਾਮ ਲਿਖਿਆ ਹੈ ਉੱਥੇ ਆ ਕੇ ਉਹ ਕਥਾ ਗੁਰਬਿਲਾਸ ਪਾਤਸ਼ਾਹੀ ਛੇਵੀਂ ਦੀ ਸੁਣਾਉਣੀ ਸ਼ੁਰੂ ਕਰਦੇ ਨੇ ਤੇ ਉਹਨਾਂ ਦਾ ਇੱਕ ਸ਼ਰਧਾਲੂ ਭਾਈ ਭਗਤ ਸਿੰਘ ਉਹ ਭਾਈ ਮਨੀ ਸਿੰਘ ਜੀ ਕੋਲੋਂ ਕਥਾ ਸੁਣਦਾ ਤੇ ਉਹ ਸਾਰੀ ਕਥਾ ਨੂੰ ਛੰਦੋਬੰਦੀ ਵਿੱਚ ਕਾਵਿ ਰਚਨਾ ਵਿੱਚ ਫਿਰ ਗੁਰਬਿਲਾਸ ਪਾਤਸ਼ਾਹੀ ਛੇਵੀਂ ਲਿਖਦਾ ਪਿੱਛੇ ਜੋੜ ਦਿੱਤਾ। ਸਮਾਂ ਬੀਤਦਾ ਗਿਆ, ਮੈਂ ਹੈਰਾਨ ਹੁੰਦਾ ਵੀ ਉਦੋਂ ਤਾਂ ਅਨਪੜ੍ਹਤਾ ਸੀ, ਸਾਦਗੀ ਸੀ, ਪੜਚੋਲੀ ਜਾਂ ਬਿਰਤੀ ਨਹੀਂ ਸੀ, ਸਿਰਫ ਸ਼ਰਧਾਲੂ ਮਿਲਦੇ ਸੀ। ਜੋ ਕੁਝ ਲਿਖਿਆ ਸਾਡੇ ਧਰਮ ਗ੍ਰੰਥਾਂ ਵਿੱਚ ਉਹਨਾਂ ਅੱਗੇ ਸਿਰ ਝੁਕਾ ਦਿਓ, ਐਸਾ ਹੀ ਸੋਚਿਆ ਜਾਂਦਾ ਸੀ। ਪਰ ਅੱਜ ਦਾ ਯੁੱਗ ਜਿਹੜਾ ਹਰ ਇੱਕ ਲਫ਼ਜ਼ ਨੂੰ ਪੜਚੋਲਦਾ ਹੈ, ਕੁਝ ਸਾਲ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਸ ਗ੍ਰੰਥ ਨੂੰ ਗੁਰਬਿਲਾਸ ਪਾਤਸ਼ਾਹੀ ਛੇਵੀਂ ਨੂੰ ਪ੍ਰਿੰਟ ਕਰਾਇਆ ਤੇ ਪ੍ਰਿੰਟ ਕਰਾਉਣ ਤੋਂ ਪਹਿਲਾਂ ਅਕਾਲ ਤਖ਼ਤ ਦੇ ਜਥੇਦਾਰ ਰਵਿੰਦਰ ਸਿੰਘ ਵਿਦਿਆਨਤੀ ਜੀ ਨੇ ਬੜਾ ਸਮਾਂ ਲਾ ਕੇ ਬਰਿਆਂਦਾ ਉਹਦੀ ਦੁਬਾਰਾ ਸੰਪਾਦਨਾ ਕੀਤੀ ਤੇ ਸੰਪਾਦਨਾ ਕਰਕੇ ਉਹਦੇ ਵਿੱਚ ਇੱਥੋਂ ਤੱਕ ਲਫ਼ਜ਼ ਲਿਖੇ ਕਿ ਐਡਾ ਮਹਾਨ ਪਵਿੱਤਰ ਗ੍ਰੰਥ ਹੈ, ਇਹਦੀ ਤਾਂ ਹੁਣ ਹਰ ਗੁਰਦੁਆਰੇ ਵਿੱਚ ਰੋਜ਼ ਕਥਾ ਹੋਣੀ ਚਾਹੀਦੀ ਹੈ। ਔਰ ਅਜੀਬ ਗੱਲ ਹੈ, ਰਵਿੰਦਰ ਸਿੰਘ ਵਿਦਿਆਨਤੀ ਜੀ ਦੇ ਅਕਾਲ ਤਖ਼ਤ ਦੇ ਜਥੇਦਾਰ ਦੀ ਸੰਪਾਦਨਾ ਦਾ ਨਾਮ ਜੁੜਨ ਕਰਕੇ ਸਾਡੇ ਕੁਛ ਵਿਦਵਾਨਾਂ ਨੇ, ਮੈਂ ਕੀ ਕਹਾਂ, ਮਸਕੀਨ ਜੀ ਨੇ ਵੀ ਇੱਥੇ ਵੀਰ ਆਉਂਦੇ ਹੁੰਦੇ ਨੇ, ਪਰਵਾਨਾ ਜੀ ਉਹ ਵੀ, ਪ੍ਰੋਫੈਸਰ ਮਨਜੀਤ ਸਿੰਘ ਜਿਹੜੇ ਪਹਿਲਾਂ ਜਥੇਦਾਰ ਰਹੇ ਨੇ, ਹੁਣ ਇਹਨਾਂ ਸਾਰਿਆਂ ਨੇ ਸਾਈਨ ਕਰ ਦਿੱਤੇ ਖੁਸ਼ੀ ਵਿੱਚ ਵੀ ਜਥੇਦਾਰ ਸਾਹਿਬ ਦੀ ਕਿਰਤ ਹੈ ਸਭ ਦੇ ਨਾਮ। ਉਹ ਗ੍ਰੰਥ ਪ੍ਰਿੰਟ ਹੋ ਗਏ, ਛਪ ਗਏ। ਜਦੋਂ ਉਹ ਗ੍ਰੰਥ ਪਬਲਿਕ ਵਿੱਚ ਗਿਆ ਤੇ ਉਹਦੀਆਂ ਰਚਨਾਵਾਂ ਲੋਕਾਂ ਨੇ, ਬਹੁਤ ਸਾਰੀਆਂ ਰਚਨਾਵਾਂ ਹੁੰਦੀਆਂ ਐਸੀਆਂ ਵੀ ਜਿਹੜੀਆਂ ਮੈਂ ਵਕਤ ਨੂੰ ਵਕਤ ਨਾਲ ਤੁਹਾਡੇ ਨਾਲ ਸਾਂਝੀਆਂ ਕਰਨਾ ਰਹਾਂਗਾ। ਇਹੋ ਜਿਹੀਆਂ ਕਹਾਣੀਆਂ ਪੜ੍ਹੀਆਂ ਤੇ ਹੈਰਾਨ ਹੋ ਗਏ ਵੀ ਗੁਰਮੁਖ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀਆਂ ਰਚਨਾਵਾਂ ਦੇ ਵਿਸ਼ਿਆਂ ਦੇ ਬਿਲਕੁਲ ਵਿਰੁੱਧ ਨੇ। ਇਤਰਾਜ਼ ਪੈਦਾ ਹੋਇਆ। ਬਲਦੇਵ ਸਿੰਘ ਸਿਰਸਾ ਨੇ ਉਸ ਗ੍ਰੰਥ ਦੇ ਆਧਾਰ 'ਤੇ ਅਦਾਲਤ ਵਿੱਚ ਕੇਸ ਕੀਤਾ ਵੀ ਇਹ ਗ੍ਰੰਥ
ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਸਾਡੀ ਸਿੱਖੀ ਦੀ ਮਰਿਆਦਾ ਦੇ ਉਲਟ ਹੈ। ਉਹ ਅਜੇ ਤੱਕ ਕੇਸ ਚੱਲ ਰਿਹਾ, ਸ਼੍ਰੋਮਣੀ ਕਮੇਟੀ ਨੂੰ ਹਾਰ ਕੇ ਉਹ ਗ੍ਰੰਥ ਬੈਨ ਕਰਨ ਦਾ ਐਲਾਨ ਕਰਨਾ ਪਿਆ ਹੋਇਆ, ਬੇਸ਼ੱਕ ਨਹੀਂ ਐਲਾਨ ਕਰ ਦਿੱਤਾ। ਤੁਸੀਂ ਅੱਜ ਉਹ ਗ੍ਰੰਥ ਪੜ੍ਹੋ, ਮੈਂ ਤੁਹਾਨੂੰ ਇਰਜਾਈ ਕਰ ਰਿਹਾ ਸਾਂ ਵੀ ਅੱਜ ਉਹ ਗ੍ਰੰਥ ਮੇਰੇ ਕੋਲ ਇੰਟਰਨੈਟ 'ਤੇ ਹੈ, ਭੇਜ ਸਕਣਾ। ਹੁਣ ਉਹਦੇ ਵਿੱਚ ਲਫ਼ਜ਼ ਕੀ ਨੇ ਇਸ ਇਤਿਹਾਸ ਸੰਬੰਧੀ, ਜਿਸ ਸੀਤਲਾ ਦੀ ਗੱਲ ਬਾਬਾ ਕਬੀਰ ਜੀ ਨੇ ਖੁੱਲ੍ਹ ਕੇ ਰਾਤ ਇੱਥੋਂ ਤੱਕ ਆਖੀ ਕਿ ਕਬੀਰ ਹਰ ਕਾ ਸਿਮਰਨ ਛੱਡ ਕੇ ਉਹ ਹੀ ਰੱਖੇ ਨਾਲ, ਗਦੇ ਹੋਏ ਕਿ ਉਤਰੇ ਭਾਰ ਸਹੇ ਮਨਚਾਰ, ਕਿ ਗੁਰੂ ਅਰਜਨ ਪਾਤਸ਼ਾਹ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ, ਸੰਪਾਦਨਾ ਕੀਤੀ, ਭਗਤ ਬਾਣੀ ਵੀ ਇਕੱਤਰ ਕੀਤੀ, ਆਪ ਬਾਬਾ ਕਬੀਰ ਜੀ ਦੇ ਸਲੋਕ ਵਿੱਚ ਅੰਕਿਤ ਕੀਤੇ, ਕਿ ਗੁਰੂ ਅਰਜਨ ਪਾਤਸ਼ਾਹ ਜੀ ਨੇ ਇਹ ਗੱਲ ਬਾਬਾ ਕਬੀਰ ਜੀ ਦੇ ਇਹ ਵਿਚਾਰ ਨਹੀਂ ਪੜ੍ਹੇ ਹੋਣਗੇ? ਕਦੀ ਹੋ ਸਕਦਾ? ਬਾਬਾ ਕਬੀਰ ਕਹਿੰਦੇ, ਔਰ ਉਹ ਗ੍ਰੰਥ ਕੀ ਲਿਖਦਾ ਹੈ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ 5 ਸਾਲ ਦੀ ਉਮਰ ਵਿੱਚ ਸੀਤਲਾ ਮਾਤਾ ਨਿਕਲੀ। ਤਕਲੀਫ ਹੈ, ਰੋਗ, ਸਰੀਰਕ ਰੋਗ ਨਿਕਲੀ, ਇੱਥੋਂ ਤੱਕ ਜ਼ਿਆਦਾ ਬਲਵਾਨ ਹੋ ਕੇ ਨਿਕਲੀ ਕਿ ਅੱਖਾਂ ਤੋਂ ਦਿਸਣਾ ਵੀ ਬੰਦ ਹੋ ਗਿਆ, ਅੱਖਾਂ ਬੰਦ ਹੋ ਗਈਆਂ। ਮਾਤ ਗੰਗਾ ਘਬਰਾ ਗਈ ਕਿ ਪਤਾ ਨਹੀਂ ਹੁਣ ਅੱਖਾਂ ਖੁੱਲ੍ਹਣ ਗਈਆਂ ਕਿ ਨਹੀਂ, ਔਰ ਕਈਆਂ ਦੇ ਇਲਾਜ ਨਾ ਹੋਣ ਕਰਕੇ ਐਸੇ ਸਮੇਂ ਉਦੋਂ ਦੇ ਆਏ ਕਿ ਮਾਤਾ ਨਿਕਲਣ ਨਾਲ ਅੱਖਾਂ ਚਲੀਆਂ ਗਈਆਂ। ਹੁਣ ਇਹ ਭਰਮ, ਇਹ ਅੰਦਰ ਫਿਕਰ, ਚਿੰਤਾ ਮਾਤਾ ਦੇ ਵੀ ਆਈ, ਉਹਦੇ 'ਚ ਲਿਖਿਆ ਹੋਇਆ ਦਿਖਾ ਸਕਦਾ। ਮਾਤਾ ਵੀ ਬੜੀ ਪਰੇਸ਼ਾਨ ਹੋਈ, ਅੱਖਾਂ ਤੋਂ ਦਿਸਣਾ ਬੰਦ ਹੋ ਗਿਆ ਗੁਰੂ ਹਰਗੋਬਿੰਦ ਸਾਹਿਬ। ਗੁਰੂ ਅਰਜਨ ਪਾਤਸ਼ਾਹ ਜੀ ਨੇ ਬ੍ਰਾਹਮਣਾਂ ਨੂੰ ਬੁਲਾਇਆ, ਇੱਥੋਂ ਦੇਖਣਾ ਸਾਡੇ ਘਰ ਵਿੱਚ ਜਿਹੜੀ ਚੀਜ਼ ਗੁਰਮਤ ਦੇ ਵਿਰੁੱਧ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿਰੁੱਧ ਹੈ, ਗੁਰੂ ਅਰਜਨ ਪਾਤਸ਼ਾਹ ਜੀ ਦੀ ਆਪਣੀ ਰਸਨਾ ਤੋਂ ਕਹੇ ਹੋਏ ਸ਼ਬਦਾਂ ਦੇ ਵਿਰੁੱਧ ਹੈ, ਉਹ ਕਿੱਥੇ ਪਹੁੰਚ ਗਈ? ਗੁਰੂ ਅਰਜਨ ਪਾਤਸ਼ਾਹ ਜੀ ਨੇ ਬ੍ਰਾਹਮਣਾਂ ਨੂੰ ਬੁਲਾਇਆ, ਵਿਦਵਾਨ ਬ੍ਰਾਹਮਣਾਂ ਨੂੰ ਇਕੱਤਰ ਕੀਤਾ, ਹਵਨ ਕਰੋ, ਮਾਤਾ ਨੂੰ ਪ੍ਰਸੰਨ ਕਰੋ। 5 ਦਿਨ ਲਗਾਤਾਰ ਬ੍ਰਾਹਮਣ ਘਰ ਵਿੱਚ ਹਵਨ ਕਰਦੇ ਰਹੇ, ਕੰਜਕਾਂ ਬਿਠਾ ਕੇ ਉਹਨਾਂ ਦੀ ਪੂਜਾ ਕਰਦੇ ਰਹੇ। ਉਸ ਹਿਸਟਰੀ ਵਿੱਚ ਤੇ 5ਵੇਂ ਦਿਨ ਆਹਿਸਤਾ ਆਹਿਸਤਾ ਉਸ ਫਲੋਰਾਂ ਦਾ ਅਸਰ ਘਟਿਆ ਤੇ ਪ੍ਰਸੰਨ ਹੋਏ। ਮਾਤਾ ਨੂੰ ਵੀ ਭਰਮ, ਇਹ ਫਿਕਰ, ਚਿੰਤਾ ਖਤਮ ਹੋਈ ਕਿ ਅੱਖਾਂ ਨਾ ਚਲੀਆਂ ਜਾਣ। ਅੱਖਾਂ 5ਵੇਂ ਦਿਨ ਗੁਰੂ ਹਰਗੋਬਿੰਦ ਸਾਹਿਬ ਦੀਆਂ ਖੁੱਲੀਆਂ। ਮੈਂ ਹੈਰਾਨ ਹੁੰਦਾ, 5ਵੇਂ ਦਿਨ ਅੱਖਾਂ ਖੁੱਲ੍ਹਣ ਤੋਂ ਬਾਅਦ 2 ਦਿਨ ਹੋਰ ਲੱਗੇ, ਪੂਜਾ ਚੱਲਦੀ ਰਹੀ ਤੇ ਗੁਰੂ ਅਰਜਨ ਸਾਹਿਬ ਬ੍ਰਾਹਮਣਾਂ ਨੂੰ ਕਹਿੰਦੇ ਨੇ, ਆਓ ਹੁਣ ਤਿਆਰੀ ਕਰੋ, ਆਪਾਂ ਸੀਤਲਾ ਪੂਜਨ ਵਾਸਤੇ ਦੁਰਗਿਆਨਾ ਮੰਦਰ ਜਾਈਏ। ਹਾਲਾਂਕਿ ਦੇਖੋ ਇਸਤਰੀ ਦੇ ਮੁਤਾਬਕ ਕਦੇ ਜਦੋਂ ਦੇਖਦੇ ਹਾਂ, ਦੁਰਗਿਆਨਾ ਮੰਦਰ ਉਦੋਂ ਹੈ ਹੀ ਨਹੀਂ ਸੀ, ਬਹੁਤ ਬਾਅਦ ਵਿੱਚ ਬਣਿਆ। ਅੰਮ੍ਰਿਤਸਰ ਦਾ ਦੁਰਗਿਆਨਾ ਮੰਦਰ ਇਸਤਰੀ ਦੇ ਮੁਤਾਬਕ ਉਸ ਵਕਤ ਹੈ ਨਹੀਂ, ਪਰ ਉਹਦੇ ਵਿੱਚ ਦੁਰਗਿਆਨਾ ਮੰਦਰ ਬਕਾਇਦਾ ਲਿਖਿਆ ਹੋਇਆ। ਦੁਰਗਿਆਨਾ ਮੰਦਰ ਦੀ ਉਦੋਂ ਹੋਂਦ ਹੀ ਕੋਈ ਨਹੀਂ ਸੀ ਤੇ ਗੁਰੂ ਅਰਜਨ ਸਾਹਿਬ ਬ੍ਰਾਹਮਣਾਂ ਨੂੰ ਆਖਦੇ ਨੇ, ਲਓ ਆਪਾਂ ਹੁਣ ਦੁਰਗਿਆਨਾ ਮੰਦਰ ਸੀਤਲਾ ਮਾਤਾ ਸੀਤਲਾ ਦੀ ਪੂਜਨ ਵਾਸਤੇ ਉੱਥੇ ਜਾਈਏ। ਪ੍ਰਿਥੀ ਚੰਦ ਨੂੰ ਵੀ ਨਾਲ ਲਿਆ, ਪਰਿਵਾਰ ਨੂੰ ਵੀ ਨਾਲ ਲਿਆ ਤੇ ਬੜੇ ਵਾਜੇ ਗਾਜੇ ਨਾਲ ਵਾਜੇ ਵੱਜਦੇ ਗਏ ਕਿ ਦੁਰਗਿਆਨਾ ਮੰਦਰ ਗਏ। ਉੱਥੋਂ ਦੇ ਬ੍ਰਾਹਮਣਾਂ ਨੂੰ ਜਾ ਕੇ ਮੱਥਾ ਟੇਕਿਆ, ਸੀਤਲਾ ਦੀ ਪੂਜਾ ਹੋਈ, ਮਾਤ ਸੀਤਲਾ ਨੂੰ ਉੱਥੇ ਉਸ ਗ੍ਰੰਥ ਵਿੱਚ ਇਹਦਾ ਨਾਮ ਠੰਡੀ ਲਿਖਿਆ, ਕਿਉਂਕਿ ਠੰਡੀ ਦਾ ਮਤਲਬ ਹੀ ਸੀਤਲਤਾ ਹੁੰਦੀ, ਸੀਤਲਤਾ ਨੂੰ ਆਪਾਂ ਦੂਜੇ ਲਫ਼ਜ਼ ਕਹਿੰਦੇ ਹਾਂ ਠੰਡ, ਉਹਦੇ 'ਚ ਲਫ਼ਜ਼ ਠੰਡੀ ਵਰਤਿਆ, ਠੰਡੀ ਮਾਤਾ ਨੂੰ ਪ੍ਰਸੰਨ ਕੀਤਾ।
बहुत सारा पुणदान ब्रह्मन दिता। वापस आके घर आके फिर ब्रह्मन आख्या लो हुण कंजकां बिठाओ, हुण ये सारा कोई उस हिस्ट्री विच लिख दिता गया कि गुरु अर्जन साहब ने किया गुरु हरगोबिंद पातशाह जी तंदुरुस्त कर होने लई शीतला नूं कि प्रसन्न किया। हुण देखना यह है कि वह भी श्रोमणी गुरुद्वारा प्रबंधक कमेटी लिख रहे छाप रही है, उन्होंने भी अकाल तख्त का जथेदार संपादना कर लिया है कि इतिहास संपादना करन लगे सारे उस इतिहास को पढ़िया नहीं। मेरी वजह तक याद है हड बीती है दास पुणे गया उत्थे रजनीश का स्थान है, रजनीश का जेड़ा पहला आश्रम है उत्थे है बंदा। रजनीश ने अपने सेक्रेटरी मां आनंद करके मां आनंद माता आनंद करके उन्होंने भेजिया, उन्होंने दिनों उन्हें जपजी साहब का टीका किया। रजनीश का जपजी साहब का टीका बड़ा मशहूर है, तो वह चाहता सी मैं उसकी भूमिका लिखा। मेरे को आई रजनीश साहब ने भेजिया उस टीके के संबंध में जपजी साहब का टीका है कुछ लिखो। अजे तक मेरी किताब में भी मेरे ख्याल इस गल का जिक्र है। मैं बेनती की मैं कोई इतराज नहीं, पर एक सुभा है तो मर्यादा बनी, जिस ग्रंथ बारे मैं कुछ लिखना है उन्होंने पहला पढ़ना जरूरी है। जिन्हों मैं पढ़िया नहीं, रजनीश साहब बड़े विद्वान ने, मैं आख्या मैं उन्होंने बारे ये मनंदर नहीं पर एक कह, क्योंकि वो उलार बिरती ने जेडे पास जिस अंदर जो भी उन्होंने मन में आ जाए उन्होंने मजबूत होके कहनी। कई बार उलार बिरती मनुख दीवार टप जाता है, इस वास्ते मैं पढ़े बिना उनका टीका नहीं और उनके बारे कुछ नहीं लिख सकता। कहने ठीक है पर होया कि मैं वापस पुणे तो जाना सी, पुणे तो वापस जान तो कुछ दिन बाद ही रजनीश साहब चलाना कर गए रहे। तो मेरे कहने का मतलब ये बहुत जरूरी है जिन्हें जिन्हें ने किसी ग्रंथ बारे कुछ लिखना हो पढ़न जरूर। जे पढ़िया होंदा तो मैं हैरान है इस गल ते कि गुरु अर्जन साहब नूं शीतला की माता शीतला की पूजा करने वास्ते दुर्गयाना मंदिर भेजना, दुर्गयाना मंदिर भेजना ताकि गुरु अर्जन साहब के शब्द गुरबाणी नूं सामने रख के नहीं सन देखे जा सकते। हुण तुसीं ये सारा कुछ गुरबाणी विचों लभो। गुरु हरगोबिंद साहब के उस तकलीफ दे रोग दे शीतला दे माता दे निकलन दे रोग दे जिक्र श्री गुरु गोबिंद साहब विच है। जे ना होता ना फिर तो सानू भी हो सकता है यह शक पैदा हो जाता है श्री गुरु गोबिंद साहब विच है। पर श्री गुरु गोबिंद साहब पातशाह जी दे विच गुरु अर्जन साहब जी के चार पांच शब्द इसे संबंध विच ने और वक् वक् रागा विच ने, गौड़ी विच सोरठ विच गुजरी विच बिलावल विच दो तीन शब्द ने, बहुत सारे शब्द ने। पर केड़ी अजीब गल है गुरु अर्जन साहब ये किते नहीं जिक्र करते कि असी शीतला नूं पूजिया ते उनकी रहमत नाल गुरु हरगोबिंद साहब दा चेता आया। सारे शब्द पढ़ लो एकदम दा ਵੀ ਮੇਰੀ ਜ਼ਬਾਨ ਨੂੰ ਪੜ੍ਹੋ, ਸ੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਕੋਲ ਮੌਜੂਦ ਹੈ ਉਹਦੇ ਵਿੱਚ ਤੁਸੀਂ ਉਹਨਾਂ ਦਾ ਟੀਕਾ ਪੜ੍ਹ ਲਓ। ਉਸ ਟੀਕੇ ਵਿੱਚ ਵੀ ਬੜਾ ਸਪਸ਼ਟ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਉਸ ਸਰੀਰਕ ਤਕਲੀਫ ਮਾਤਾ ਨਿਕਲਣ ਦੇ ਸੰਬੰਧ ਵਿੱਚ ਸ਼ਬਦ ਨੇ। ਸੀਤਲਾ ਦਾ ਨਾਮ ਵੀ ਹੈ ਪਰ ਸੀਤਲਾ ਦੀ ਰਹਿਮਤ ਦਾ ਨਾਂ ਨਹੀਂ।
हुणे लफ्ज़ आए ने शब्द गुरु अर्जन साहब दा राग गौड़ी विच है जिंदे लफ्ज़ ने जो अखा खोलिया गुरु हरगोबिंद पातशाह जी ने पांच दिन बाद कट नहीं सकता रोग आंदा भी जांदा भी चला गया अखा खोलिया गुरु अर्जन पातशाह जी ने जरा शब्द खुशी का पहला जो भरम गया जरा फिक्र सी चिंता सी मन अंदर भी पता नहीं अखा खुल दिया भी हैं कि नहीं जिक्र करते हैं स्पष्ट लफ्ज कह लगे नेत्र प्रकाश किया गुरुदेव भरम गाए नेत्र प्रकाश किया गुरुदेव भरम गाए पूरन भई से मेरे प्रभु ने सुंदर स्वरूप वाले प्रभु ने शीतला को आप रखिया की तो रखिया करने वा होर पर हो रहा शीतला की रहमत नाल नहीं किसे शीतला किसे माता दे हाथ विच किसे दा जीवन नहीं गुरु अर्जुन साहब दा फैसला नानक नाम जपे सो जीवे सो जीवे साध संग हर अमृत पीवे जेड़ा साध संगत विच बैठ के हरी रूपी नाम दा अमृत पींदा है ओ हमेशा जीवंदा है गुरु अर्जुन साहब दा फैसला है नानक नाम जपे सो जीवे साध संग हर अमृत पीवे सदा सदा हर जपे ये शब्द वखरा है राग सुर विच है सदा सदा हर जपे प्रभु मालिक रखे आपे और देखो गुरु अर्जुन साहब के जिन्ने भी शब्द ने इस संबंध में मेरा सतगुरु रखवाला हुआ तहार कृपा प्रभु हाथ दे रखिया हर गोविंद नमन रोआ जिन्ने भी शब्द ने गुरु हरगोबिंद पातशाह जी ने इस रोग के संबंध में गुरु अर्जन साहब के श्री गुरु ग्रंथ साहब अंदर किसी थान पर एक शब्द में भी दिखा दियो कि गुरु अर्जन पातशाह जी ने शीतला की उपमा की हो शीतला की उपासना की कहते ने नहीं शीतला तो मेरे मालिक ने रोक के रखा अगले पास लफ सतगुरु रखवाला हुआ
ਵਿੱਚ ਹੈ ਕਿ ਮੇਰੇ ਸਤਿਗੁਰੂ ਨੇ ਪਾਰ ਬ੍ਰਹਮ ਨੇ ਰਹਿਮਤ ਕਰਕੇ ਵੱਡੇ ਆਰਜਾ ਹਰ ਗੋਬਿੰਦ ਕੀ ਮੇਰੇ ਹਰ ਗੋਬਿੰਦ ਨੂੰ ਲੰਬੀ ਉਮਰ ਦਿੱਤੀ ਮੇਰੇ ਪ੍ਰਭੂ ਦੀ ਰਹਿਮਤ ਦਾ ਸਦਕਾ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਪ੍ਰਭੂ ਰਹਿਮਤ ਨੂੰ ਮੰਨਿਆ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਪਾਰ ਬ੍ਰਹਮ ਦੀ ਕਿਰਪਾ ਨੂੰ ਗੁਰਦੇਵ ਦੀ ਕਿਰਪਾ ਨੂੰ ਮੰਨਿਆ ਗਿਆ ਪਰ ਸਾਡੀ ਹਿਸਟਰੀ ਕਹਿੰਦੀ ਹੈ ਗੁਰੂ ਅਰਜਨ ਸਾਹਿਬ ਬ੍ਰਹਮਣ ਨੂੰ ਨਾਲ ਲੈਂਦੇ ਨੇ ਤੇ ਦੁਰਗਿਆਨਾ ਮੰਦਰ ਸ਼ੀਤਲਾ ਦੀ ਪੂਜਾ ਕਰਨ ਵਾਸਤੇ ਜਾਂਦੇ ਨੇ ਸਾਨੂੰ ਦੇਖਣਾ ਪਏਗਾ ਕਿ ਜੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਵਿੱਚ ਨਹੀਂ ਵਿਚਾਰਾਂਗੇ ਇਤਿਹਾਸ ਨੇ ਸਾਨੂੰ ਗੁੰਮਰਾਹ ਕਰਨ ਵਾਸਤੇ ਕੀ ਲਿਖਿਆ ਸਾਨੂੰ ਇਹ ਜਾਣਨ ਦੀ ਬਹੁਤ ਜ਼ਰੂਰਤ ਦੁੱਖ ਹੈ ਕਿ ਉਸ ਇਤਿਹਾਸ ਨੂੰ ਸਾਂਭ ਕੇ ਰੱਖਣ ਦੇ ਬਜਾਏ ਇਸ ਗੱਲ ਦੇ ਪੜਚੋਲ ਕਰਕੇ ਅਸੀਂ ਘਰ ਵਿੱਚ ਕੋਈ ਜ਼ਹਿਰ ਹੋਵੇ ਅਸੀਂ ਉਹਦੇ ਬਾਰੇ ਸੰਭਾਲ ਕਰਨੇ ਆ ਇਹ ਨਾ ਲੈ ਘਰ ਵਿੱਚ ਸਭ ਪਾ ਜਾਏ ਚੈਨ ਨਾਲ ਨਹੀਂ ਸੌਂਦਾ ਜਿੰਨੀ ਦੇਰ ਉਹ ਸੱਪ ਘਰੋਂ ਬਾਹਰ ਨਿਕਲਣ ਦਾ ਵਿਸ਼ਵਾਸ ਨਾ ਹੋ ਜਾਏ ਸਤਿਗੁਰੂ ਆਪਣੀ ਰਸਨਾ ਤੋਂ ਫਰਮਾਉਂਦੇ ਕਹਿੰਦੇ ਨੇ ਭਰਿਆ ਵਿਸ਼ਵਾਸ ਕਰ ਕੋਈ ਸ਼ੀਤਲਾ ਕੋਈ ਮਾਤਾ ਕੋਈ ਤੇਈਆ ਤਾਪ ਜੋ ਅੱਜ ਵੀ ਸਾਡੇ ਪਿੰਡਾਂ ਵਿੱਚ ਪ੍ਰਚਲਿਤ ਅਜੇ ਵੀ ਪਿੰਡਾਂ ਵਿੱਚ ਜਾਓ ਤੇ ਕਈ ਬਜ਼ੁਰਗ ਮਾਤਾ ਕਿਸੇ ਦੇ ਘਰ ਬੁਖਾਰ ਚੜ ਜਾਣੇ ਤੇ ਕਹਿਣਗੇ ਤੇਈਆ ਤਾਪ ਹੈ ਚਲੋ ਜਾ ਕੇ ਭਾਈ ਸਾਹਿਬ ਕੋਲੋਂ ਤੇਈਏ ਤਾਪ ਦੀ ਕਥਾ ਸੁਣ ਕੇ ਆਈ ਸੁਣ ਕੇ ਇਹੋ ਜਿਹੇ ਧਰਮ ਇਹੋ ਜਿਹੇ ਸ਼ੰਕੇ ਗੁਰਮਤ ਵਿਰੋਧੀ ਜੀਵਨ ਦੇ ਅੰਦਰ ਪ੍ਰਵੇਸ਼ ਕਰ ਜਾਣ ਤੇ ਸਿੱਖ ਦਾ ਜੀਵਨ ਵੀ ਕਿਹਦਾ ਭਰਮ ਦੱਸਿਆ ਕਰਮ ਕਾਂਡੀ ਹੋ ਜਾਏਗਾ ਤੇ ਗੁਰੂ ਨੇ ਇਹੋ ਹੀ ਫੈਸਲਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਉਸ ਮਾਤਾ ਨਿਕਲਣ ਦੇ ਇਤਿਹਾਸ ਉਸ ਫਲੂਏ ਨਿਕਲਣ ਦੇ ਸਰੀਰਕ ਰੋਗ ਦੇ ਇਤਿਹਾਸ ਨੂੰ ਸਾਹਮਣੇ ਰੱਖ ਕੇ ਜਿੰਨੇ ਸ਼ਬਦ ਉਚਾਰਨ ਕੀਤੇ ਨੇ ਖੁਸ਼ੀ ਹੈ ਜ਼ਿਕਰ ਵੀ ਹੈ ਪਰ ਜਿੰਨੇ ਸ਼ਬਦ ਨੇ ਇਸੇ ਸ਼ੀਤਲਾ ਦੇ ਕਿਉਂਕਿ ਜੇ ਸ਼ੀਤਲਾ ਦਾ ਮਸਲਾ ਆ ਜਾਂਦਾ ਤੇ ਫਿਰ ਬਾਬਾ ਕਬੀਰ ਜੀ ਦੀ ਬਾਣੀ ਦਾ ਇਹ ਸ਼ਬਦ ਰਾਤ ਵਾਲਾ ਜਿਹੜਾ ਹੈ ਇਹ ਤੇ ਗੁਰੂ ਅਰਜਨ ਸਾਹਿਬ ਆਪ ਲਿਖ ਰਹੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜਿਹਦੇ ਵਿੱਚ ਇੱਥੋਂ ਤੱਕ ਤੁਸੀਂ ਰਾਤ ਸੁਣੇ ਲਫ਼ਜ਼ ਕਹਿ ਦਿੱਤੇ ਕਿ ਉਹ ਹੀ ਰਾਖੇ ਨਾਲ ਗਦੀ ਹੋ ਕੇ ਉਤਰੇ ਪੜ੍ਹਨ ਤੋਂ ਬਾਅਦ ਮਾਤ ਗੰਗਾ ਗੁਰੂ ਅਰਜਨ ਪਾਤਸ਼ਾਹ ਜੀ ਦੇ ਨਾਲ ਭਲਾ ਦੁਰਗਿਆਨਾ ਮੰਦਰ ਜਾ ਸਕਦੀ ਸੀ ਪੂਜਾ ਕਰਨ ਵਾਸਤੇ ਬਿਲਕੁਲ ਗੁਰਮਤਿ ਦੇ ਵਿਰੁੱਧ ਗੱਲਾਂ ਸਾਡੇ ਸਾਹਮਣੇ ਪਰੋਸ ਕੇ ਰੱਖ ਦਿੱਤੀਆਂ ਗਈਆਂ ਉਹਦੇ ਕੋਲੋਂ ਬਚਣ ਦਾ ਇੱਕੋ ਇੱਕ ਤਰੀਕਾ ਹੈ ਕਿ ਅਸੀਂ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੁੜੀਏ ਇਸ ਦੀ ਬਾਣੀ ਦੀ ਰੋਸ਼ਨੀ ਵਿੱਚ ਆਪਣੇ ਜੀਵਨ ਦੇ ਰਸਤੇ ਉਹਦਾ ਕੀ ਤਰੀਕੇ ਜਿਹਦੇ ਬਾਰੇ ਸਤਿਗੁਰੂ ਆਪ ਆਖ ਰਹੇ ਕਿਰਪਾ ਧਾਰੀ ਪਰ ਬ੍ਰਹਮ ਪ੍ਰਭ ਕਿਰਪਾ
सदा हर जपे एको जप एको सलाह नाल गुरु जुड़ गया सदा सदा हर जापे प्रभ बालक राखे आपे शीतला ठाक रहाई गुरु ने प्रभु ने रहमत की थी शीतला रोक दिती जिथे हुई सी अगे ने वधी मेरा सिख मेरे नाल जुड़िया होया तेरा इत्थे कोई वास्ता नहीं ये तो ब्राह्मण की दुकान सी जिन्हें रोगों का नाम ही देवी देवत्या दे, नाम ते रख के अपनी दुकान चलाई ताके माता दे नाम ते फिर जे पूरा होनी है तो ब्राह्मण ने करनी है ते ये ताप दी कथा सुननी है तो किसे भाई साहब ने सुनानी है चीजा साडे विच आ गईयां ते उन्हां ही भुलेखियां भरमां विच पै के साडे धर्मशाला विच पिंडां दे गुरुद्वारियां विचों ये दुकान चलती रही जिहड़ी कर्म कांड बन के हमेशा हमेशा लई मनुख दे अंदर इहो जिहा कुड़ावा इहो जिहा जहरीला असर छड गई कि अज उहनूं छड्डना औखा होया पिआ अज भी पिंडां दी किसी बजुर्ग माता नूं आखण नूं ते इह ते आपदी कथा सुनना जाणू इह तां अशरधक है इह तां नास्तिक है ये चीज साढ़े घर करके है गुरु बख्शिश करे असी श्री गुरु ग्रंथ साहब की बाणी नाल जुड़िए गुरु सानू इको गल समझांदा है कि बस एको जप एको सलाह एक सिमर एको मना एक सते गुण गाओ अनंत गुरु सानू गुरु अर्जन पातशाह जी गुरु हरगोबिंद साहब जी दे इस शरीरक तन दे रोग दी दा जिक्र करदे आ वी एक फैसला दिंदे ने कहंदे नानक नाम जपे सो जीवे मौत भी हुंदे जिहड़े आउण तों संकोच करदी है इस शीतला ने हुंदा की बिगाड़ना है सो गुरु बख्शिश करे साडे हिरदियां विच गुरबाणी प्रति ते गुरबाणी दे दस्से राह प्रति दृढ़ता आ जाए तां कि असी गुमराह हो के किसी गलत कर्म कांडी राह ते ना पाइए इन्हां शब्दां नाल खमादा जा चुका फतेह बुलाओ वाहिगुरु जी का खालसा वाहिगुरु जी की फतेह।